ਅੱਜ ਤੁਸੀਂ ਪਿੰਡ ਡਲ ਦੇ ਵਿੱਚ ਪਹੁੰਚੇ ਹੋ ਤੇ ਕੀ ਇੱਥੇ ਜਿਹੜੇ ਆ ਵਿਕਾਸ ਕਾਰਜ ਚੱਲ ਰਹੇ ਆ ਕੀ ਕਹਿਣਾ ਉਹਨਾਂ ਦਾ? ਡਲ ਸਾਹਿਬ ਪਹਿਲਾਂ ਤੁਹਾਡਾ ਭਰਾ ਦਾ ਧੰਨਵਾਦ ਸਾਰਿਆਂ ਤੋਂ ਪਹਿਲਾਂ। ਦੂਸਰੀ ਗੱਲ ਹੈਗੀ ਇੱਥੇ ਜਿਹੜਾ ਡਲ ਪਿੰਡ ਦੇ ਜਿਹੜਾ ਵਿਕਾਸ ਹੈ ਬੜੇ ਆਪਾਂ ਜ਼ੋਰ ਦੇ ਚਲਾ ਰਹੇ ਹਾਂ। ਐਮਐਲਏ ਸਾਹਿਬ ਸਰਵਣ ਸਿੰਘ ਦੇ ਜਿਹੜੇ ਧੁਨ ਆਪਣੇ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੇ ਵੀਡੀਓ ਸਾਹਿਬ ਵੀ ਨਾਲ ਆਏ ਹੋਏ ਨੇ। ਔਰ ਜਿਹੜਾ ਸਟੇਡੀਅਮ ਆ ਇਹਨੂੰ ਅੱਜ ਆਪਾਂ ਵੇਖਣ ਵਾਸਤੇ ਇਹਦੇ ਵਿੱਚ ਇੱਕ ਸਟੇਜ ਬਣੀ ਬੜੀ ਸੁੰਦਰ ਤੇ ਉਹਦਾ ਆਪਾਂ ਜਿਹੜਾ ਕੰਮ ਸ਼ੁਰੂ ਕਰਾਉਣ ਵਾਸਤੇ ਇੱਥੇ ਆਏ ਹਾਂ। ਬਾਕੀ ਵੀ ਜਿਹੜਾ ਪਿੰਡ ਦਾ ਹੋਰ ਵੀ ਵਿਕਾਸ ਰਹਿੰਦਾ ਉਹ ਵੀ ਅੱਜ ਆਪਾਂ ਇੱਥੇ ਵੇਖਣਾ ਵੀ ਜਿਹੜਾ ਜਿਹੜਾ ਉਹਨੂੰ ਵੀ ਆਪਾਂ ਜਿਹੜਾ ਬੜੇ ਜ਼ੋਰ ਦੇ ਨਾਲ ਆਪਾਂ ਗਲੀਆਂ ਨਾਲਿਆਂ ਦਾ ਕੰਮ ਜਿਹੜਾ ਹੋਰ ਸ਼ੁਰੂ ਕਰਾਉਣ ਲੱਗੇ ਇੱਥੇ। ਇੱਥੇ ਵਿੱਚ ਇੱਕ ਜਿਮ ਦੇ ਜਿਹੜੀ ਕਮਰੇ ਬਾਰੇ ਵੀ ਬੱਚੇ ਮੰਗ ਕਰ ਰਹੇ ਨੇ। ਬ੍ਰਦਰ ਗੱਲ ਇਹਦਾ ਹੈਗੀ ਆਪਾਂ ਨਾਲ ਜਿਹੜਾ ਕਮਰੇ ਦਾ ਵੀ ਕੰਮ ਆ ਉਹ ਸਟੇਜ ਬਣਦਿਆਂ ਸਾਰ ਨਾਲ ਜਿਹੜਾ ਜਿਮ ਵਾਸਤੇ ਕਮਰਾ ਉਹ ਵੀ ਬੱਚਿਆਂ ਨੂੰ ਇੱਥੇ ਆਪਾਂ ਪਾ ਕੇ ਦੇਣਾ ਹੈਗਾ। ਇੱਕ ਲਾਈਟਾਂ ਲੱਗੀਆਂ ਜਿਹੜੀਆਂ ਉਹਦੀ ਵੀ ਪ੍ਰੋਬਲਮ ਆ। ਲਾਈਟਾਂ ਵਾਸਤੇ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਆਪਾਂ ਵੇਖਿਆ ਉਹ ਲਾਈਟਾਂ ਜਿਹੜੇ ਹੈਗੇ ਆ ਪੋਲ ਆ ਬੜੇ ਦਿੱਕੇ ਆ, ਉਹ ਆਪਾਂ ਗੱਲ ਕਰਕੇ ਐਮਐਲਏ ਸਾਹਿਬ ਦੇ ਨਾਲ ਜਿਹੜੇ ਵੱਡੇ ਪੋਲ ਆ 6 ਉਹ ਲਵਾ ਕੇ ਜੇ ਲਾਈਟਾਂ ਦੀ ਹੋਰ ਵੀ ਲੋਡ ਹੋਊਗੀ ਤੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਲਵਾ ਕੇ ਦੇਵਾਂਗੇ ਇੱਥੇ। ਪਿੰਡ ਦੇ ਵਿੱਚ ਜਿਹੜੀਆਂ ਲਾਈਟਾਂ ਲੱਗੀਆਂ ਉਹ ਅੱਧੀ ਰਾਤ ਤੋਂ ਬਾਅਦ ਕੋਈ 1 ਘੰਟਾ ਚੱਲਦੀ, ਕੋਈ 2 ਘੰਟੇ ਤੇ ਕੋਈ ਪੂਰੀ ਬੰਦ ਹੋਈ ਹੁੰਦੀ ਆ। ਉਹਦੇ ਬਾਰੇ ਆਪਾਂ ਵੇਖੋ ਜਿਹੜੇ ਮੁੰਡੇ ਨੇ ਲਾਈਆਂ ਹੈਗੀਆਂ ਠੇਕੇਦਾਰ ਨੇ, ਇਹਦੇ ਨਾਲ ਆਪਾਂ ਗੱਲ ਜਿਹੜੀ ਕੋਈ ਖਰਾਬ ਹੋਊਗੀ ਜਾਂ ਕਿਸੇ ਦੀ ਬੈਟਰੀ ਦੇ ਵਿੱਚ ਮੰਨ ਲਓ ਹੋ ਸਕਦੀ ਕੋਈ ਪ੍ਰੋਬਲਮ ਹੋਵੇ ਉਹ ਆਪਾਂ ਚੇਂਜ ਕਰਵਾ ਦਾਂ ਜੇ ਕੋਈ ਹੈਗੀ ਤੁਹਾਡੀ ਨੌਲੇਜ ਤੁਸੀਂ ਅੱਜ ਦੱਸਿਆ ਪਹਿਲਾਂ ਮੇਰੇ ਧਿਆਨ ਤੇ ਹੈਗੇ ਨਹੀਂ, ਜੇ ਹੈਗੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਤੇ ਉਹ ਦੱਸੋ ਆਪਾਂ ਚੇਂਜ ਕਰਵਾ ਦਾਂਗੇ ਬ੍ਰਦਰ। ਉਹ ਵੇਖੋ ਜੀ ਨਾ ਥੋੜੀ ਬ੍ਰਦਰ ਗੱਲ ਇਸ ਤਰ੍ਹਾਂ ਹੈਗੀ ਥੋੜੀ ਥੋੜੀ ਸਾਡੇ ਪਿੰਡਾਂ 'ਚ ਵੀ ਲੱਗੀਆਂ ਹੈਗੀਆਂ, ਧੁੰਦ ਜਿਹੜਾ ਚਾਰਜ ਦੀ ਥੋੜੀ ਜਿਹੀ ਪ੍ਰੋਬਲਮ ਹੈਗੀ ਆ। ਗਰਮੀਆਂ ਜੀ ਬਹੁਤ ਸੋਹਣੀਆਂ ਚੱਲਦੀਆਂ, ਜਿੰਨਾ ਕਿ ਇਹਨਾਂ ਨੂੰ ਸੇਵ ਮਿਲਦਾ ਉਹ ਹਿਸਾਬ ਨਾਲ ਫਿਰ ਉਹਨਾਂ ਕੇ ਟਾਈਮ ਕੱਢ ਲੈਂਦੀਆਂ। ਅੱਜ ਦੇ ਜਿਹੜੇ ਵਿਕਾਸ ਕਾਰਜ ਆ ਪਿੰਡ ਡੱਲ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜਾਂ ਦਾ ਤੁਸੀਂ ਜਾਇਜ਼ਾ ਲੈ ਰਹੇ ਹੋ? ਵੇਖੋ ਅੱਜ ਜਿਹੜਾ ਆਪਣਾ ਜਿਹੜਾ ਡੱਲ ਪਿੰਡ ਹੈ ਧੁੰਨ ਸਾਹਿਬ ਦਾ ਆਪਦਾ ਪਿੰਡ ਆ, ਕਿਉਂਕਿ ਇਸ ਪਿੰਡ ਨਾਲ ਬੜਾ ਸਾਡਾ ਨਿੱਜੀ ਆਪਣਾ ਪਿਆਰ ਆ। ਇੱਥੇ ਮੰਨ ਲਓ ਅਸੀਂ ਡੱਲ ਪਿੰਡ ਦੇ ਵਿੱਚ ਵਿਕਾਸ ਦੇ ਪੱਖੋਂ ਦੇ ਕੋਈ ਵੀ ਮੰਨ ਲਓ ਕੰਮ ਜਿਹੜਾ ਅਧੂਰਾ ਨਹੀਂ ਛੱਡਣਾ 5 ਸਾਲਾਂ ਦਾ, ਸਾਨੂੰ ਇਹ ਨਾ ਕਹਿ ਸਕੂ ਅੱਜ ਤੁਸੀਂ ਭਲਕੇ ਇਲੈਕਸ਼ਨ ਵਿੱਚ ਵੋਟਾਂ ਮੰਗਣ ਵਾਸਤੇ ਸਾਡੀ ਆਹ ਗਲੀ ਨਹੀਂ ਬਣੀ ਜਾਂ ਸਾਡਾ ਆਹ ਕੰਮ ਨਹੀਂ ਹੋਇਆ, ਕਿਉਂਕਿ ਆਪਾਂ ਜਿਹੜੀਆਂ ਗਾਂਵ ਵਾਲੇ ਸਮੇਂ ਦੀ ਵੋਟਾਂ ਮੰਗਣੀਆਂ ਆਪਾਂ ਵਿਕਾਸ ਦੇ ਆਧਾਰ ਤੇ ਮੰਗਣੀਆਂ।